राहुल गांधी पंजाब दे विच लोक सभा चोणां दे प्रचार दा आगाज करन पंजाब आए अते नशे दे मुद्दे ते मोदी सरकार नूं वड्डे मगरमच्छ फड़न दी अपील कर दित्ती। राहुल गांधी दी इस मंग ते कांग्रेस नूं घेरिया केंद्रीय मंत्री हरसिमरत कौर बादल ने। हरसिमरत बादल ने आख्या कि कांग्रेस सरकार दे समय च नशा चार गुणा वध चुका है अते नशा दी होम डिलीवरी आम हो रही है। उन्हां दा राहुल गांधी नूं नशे दा आदि दस दिता ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਜਾਣ ਦੀ ਸਲਾਹ ਵੀ ਦੇ ਦਿੱਤੀ ਹੈ। ਰਾਹੁਲ ਗਾਂਧੀ ਜੀ ਪਤਾ ਨਹੀਂ ਕਿਹੜਾ ਨਸ਼ਾ ਕਰਦੇ ਨੇ ਕਿ ਕੀ ਬੋਲ ਰਹੇ ਨੇ ਅਤੇ ਕੀ ਹਕੀਕਤ ਹੈ, ਇਹਨਾਂ ਨੂੰ ਅਕਸਰ ਸਮਝ ਹੀ ਨਹੀਂ ਆਉਂਦਾ। ਮੈਨੂੰ ਲੱਗਦਾ ਸਭ ਤੋਂ ਵਧੀਆ ਨਸ਼ਾ ਛੁਡਾਊ ਕੇਂਦਰ 'ਚ ਤਾਂ ਇਹਨਾਂ ਨੂੰ ਭੇਜਣ ਦੀ ਲੋੜ ਹੈ। ਜਿਹੜਾ ਰਾਹੁਲ ਗਾਂਧੀ ਇਹਨਾਂ ਨਸ਼ੇ 'ਚ ਧੁੱਤ ਹੈ ਕਿ 2014 'ਤੇ ਜਾ ਕੇ ਪੂਰੇ ਸੂਬੇ ਦੇ ਨੌਜਵਾਨ ਨੂੰ ਕਲੰਕਿਤ ਕਰਕੇ ਕਹਿ ਦਿੰਦਾ 70% ਨਸ਼ੇੜੀ ਨੇ, ਜਿਹਦੇ ਕਰਕੇ ਦੇਸ਼ 'ਚ ਦੁਨੀਆ 'ਚ ਜਿੱਥੇ ਸਿੱਖ ਹੁੰਦਾ ਸੀ ਉਹਨੂੰ ਇਸ ਨਿਗਾਹ 'ਚ ਦੇਖਿਆ ਜਾਂਦਾ ਸੀ। ਜਿਵੇਂ ਇੱਕ ਪਾਸੇ ਇਹਦੀ ਹੀ ਇਹਦੇ ਪਿਓ ਨੇ, ਰਾਹੁਲ ਗਾਂਧੀ ਦੇ ਪਿਓ ਨੇ ਕਿਹਾ ਸੀ ਨਾ ਕਿ ਜਿੱਥੇ ਸਿੱਖ ਹੈ ਉਹ ਆਤੰਕਵਾਦ ਹੈ। ਸੋ ਇੰਦਰਾ ਗਾਂਧੀ ਦੇ ਬਾਅਦ ਸਾਨੂੰ ਆਤੰਕਵਾਦ ਬਣਾਤਾ ਸੀਗਾ, ਹੁਣ ਰਾਹੁਲ ਗਾਂਧੀ ਦੇ ਆਉਂਦੇ ਨਾਲ ਸਾਨੂੰ ਨਸ਼ੇੜੀ ਬਣਾਤਾ ਸੀਗਾ। ਅਤੇ ਇਸ ਕਰਕੇ ਉਹ 70% ਨਸ਼ੇੜੀ ਹੈ। ਅੱਡ ਗੱਲ ਕਿ ਭਾਵੇਂ ਫੌਜ 'ਚ ਭਰਤੀਆਂ ਹੋਈਆਂ ਉੱਥੇ ਨਸ਼ੇ ਦੇ ਡੋਪ ਟੈਸਟ ਸਾਡੀ ਸਰਕਾਰ ਨੇ ਕਰਾਈ, 1% ਨਸ਼ੇੜੀ ਨਿਕਲੇ। ਇਹ ਅੱਡ ਗੱਲ ਹੈ ਕਿ ਏਮਸ ਦੀ ਸਟੱਡੀ ਹੋਈ ਜਿੱਥੇ ਦੱਸਿਆ ਗਿਆ ਕਿ ਪੂਰੇ ਦੇਸ਼ 'ਚ ਜਿੰਨਾ ਨਸ਼ਾ ਉਸ ਤੋਂ ਘੱਟ ਹੀ ਪੰਜਾਬ 'ਚ ਨਸ਼ੇੜੇ ਨੇ, ਲੇਕਿਨ ਰਾਹੁਲ ਗਾਂਧੀ ਜੀ ਨੂੰ ਪਤਾ ਨਹੀਂ ਕਿਹੜੇ ਨਸ਼ੇ 'ਚ ਉਹਨਾਂ ਨੂੰ 70% ਨਸ਼ੇੜੀ ਦਿਖ ਗਏ। ਅੱਜ ਜਦ ਪੰਜਾਬ ਜਾਂਦੇ ਨੇ, 2 ਸਾਲ ਦੀ ਇਹਨਾਂ ਦੀ ਸਰਕਾਰ ਪੰਜਾਬ 'ਚ ਹੈ ਅਤੇ 2 ਸਾਲਾਂ 'ਚ ਪਹਿਲੀ ਵਾਰੀ 240 ਮਾਵਾਂ ਦੇ ਪੁੱਤ ਨਸ਼ੇ ਦੇ ਓਵਰਡੋਜ਼ ਦੇ ਨਾਲ ਉਹਨਾਂ ਦੀ ਜਾਨ ਨਿਕਲ ਗਈ ਹੈਗੀ। ਕਿ ਉਹਨਾਂ ਤੋਂ ਜਾ ਕੇ ਰਾਹੁਲ ਗਾਂਧੀ ਜੀ ਨੇ ਪੁੱਛਿਆ ਉਹਨਾਂ ਮਾਵਾਂ ਨੂੰ ਕਿ ਨਸ਼ਾ ਕਿੰਨਾ ਆਮੋ ਆਮ ਵਿਕਦਾ ਹੈ ਕਿ ਖਤਮ ਹੋ ਗਿਆ, ਅਤੇ 450 ਨੌਜਵਾਨ ਮਰ ਕਿਵੇਂ ਗਏ। ਕਿ ਰਾਹੁਲ ਗਾਂਧੀ ਜੀ ਨੂੰ ਇੰਨਾ ਵੀ ਨਹੀਂ ਪਤਾ ਕਿ ਉਹਨਾਂ ਦੇ ਹੀ MLA ਭਾਵੇਂ ਜ਼ੀਰਾ ਹੋਏ ਭਾਵੇਂ ਦੂਜੇ ਉਹਨਾਂ ਪਾਰਟੀ ਦੇ MLA ਸਟੇਜਾਂ ਤੋਂ ਖੜ੍ਹ ਕੇ ਕਹਿ ਰਹੇ ਨੇ ਕਿ ਨਸ਼ਾ ਇੰਨਾ ਵਿਕ ਰਿਹਾ ਕਿ ਸਰਕਾਰ ਅਤੇ ਪੁਲਿਸ ਰਲ ਮਿਲ ਕੇ ਨਸ਼ਾ ਵੇਚੀ ਜਾ ਰਹੀ ਹੈ। ਕਿ ਰਾਹੁਲ ਗਾਂਧੀ ਜੀ ਨੂੰ ਇੰਨਾ ਵੀ ਨਹੀਂ ਪਤਾ ਕਿ ਉਹਨਾਂ ਦੀ ਹੀ ਸਰਕਾਰ ਦੇ ਪੁਲਿਸ ਦੇ ਅਫਸਰ ਇੱਕ ਦੂਜੇ ਉੱਤੇ ਇਲਜ਼ਾਮ ਲਾਈ ਜਾ ਰਹੇ, ਵੱਡੇ ਵੱਡੇ DIG IG ਇੱਕ ਦੂਜੇ 'ਤੇ ਨਸ਼ਾ ਵੇਚਣ ਦਾ ਇਲਜ਼ਾਮ ਲਾ ਰਹੇ ਨੇ। ਅੱਜ ਪੰਜਾਬ 'ਤੇ ਨਸ਼ਾ 4 ਗੁਣਾ ਵੱਧ ਗਿਆ ਕਿਉਂਕਿ ਸਾਡੀ ਸਰਕਾਰ ਇਹ ਕਾਂਗਰਸੀ ਵੇਚਦੇ ਸੀ, ਅਸੀਂ ਨਖੇਲ ਪਾਉਂਦੇ ਸੀ ਅਤੇ ਹੁਣ ਇਹ ਸ਼ਰੇਆਮ ਖੁਦ ਪੁਲਿਸ ਦੇ ਨਾਲ ਰਲ ਮਿਲ ਕੇ ਵੇਚਦਾ। ਤਾਂ ਪੰਜਾਬ ਦੇ ਕਿਸੇ ਪਿੰਡ 'ਚ ਅੱਜ ਤੱਕ ਟੈਲੀਫੋਨ 'ਚ ਹੋਮ ਡਿਲੀਵਰੀ ਨਸ਼ਿਆਂ ਦੀ ਹੋ ਰਹੀ ਹੈ, ਜਿਹੜਾ ਪੰਜਾਬ 'ਚ ਕਿਸੇ ਨੂੰ ਸੁਣਨ ਨਹੀਂ ਮਿਲਦਾ ਸੀ। ਅਤੇ ਰਾਹੁਲ ਗਾਂਧੀ ਸਟੇਜ 'ਚ ਖੜ੍ਹ ਕੇ ਕਹਿ ਰਹੇ ਨੇ ਕਿ ਜੀ ਨਸ਼ਾ ਦੀ ਲੱਕ ਤੋੜਤੀ। ਇਹ ਤਾਂ ਗੁਟਕਾ ਸਾਹਿਬ ਦੀ ਝੂਠੀ ਸੌਂਹ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਰਾਜਾ ਸਾਹਿਬ ਦੀ ਸੀ, ਅੱਜ ਉਹੋ ਜਿਹਾ ਝੂਠਾ ਬਿਆਨ। ਰਾਹੁਲ ਗਾਂਧੀ ਤਾਂ ਭਾਵੇਂ 2012 'ਚ ਨਸ਼ੇੜੀ ਕਹਿ ਕੇ ਸੀਗਾ ਅਤੇ ਅੱਜ ਮੈਨੂੰ ਲੱਗਦਾ ਨਸ਼ੇੜੀ ਬਣਾਉਣ ਦਾ ਕੰਮ ਜਿਹੜਾ ਉਹ ਕਾਂਗਰਸ ਸਰਕਾਰ ਕਰ ਰਹੀ ਹੈ ਅਤੇ ਕਹਿੰਦੇ ਅੱਜ ਨਸ਼ਾ ਹੀ ਨਹੀਂ ਹੈਗਾ। ਸੋ ਰਾਹੁਲ ਗਾਂਧੀ ਜੀ ਕਿਹੜਾ ਨਸ਼ਾ ਕਰਦੇ ਨੇ, ਜਿਸ ਨਸ਼ੇ ਦੇ ਹੋਸ਼ ਵਿੱਚ ਇਹੋ ਜਿਹੇ ਬਿਆਨ ਕਰਦੇ ਨੇ, ਰਾਹੁਲ ਗਾਂਧੀ ਜੀ ਕਹਿ ਸਕਦੇ ਨੇ। ਲੇਕਿਨ ਹਾਂ, ਇੱਕ ਚੀਜ਼ ਦਾ ਮੈਂ ਸ਼ੁਕਰਾਨਾ ਕਰਦੀ ਹਾਂ ਕਿ ਅੱਜ ਸਟੇਜ ਤੋਂ ਘੱਟ ਤੋਂ ਘੱਟ ਉਹਨਾਂ ਨੇ ਮੇਰੇ ਮੰਤਰਾਲੇ ਦੇ ਕੀਤੇ ਹੋਏ ਕੰਮਾਂ ਦੀ ਸ਼ਲਾਘਾ ਤਾਂ ਕੀਤੀ, ਹਾਲਾਂਕਿ ਕੈਪਟਨ ਸਾਹਿਬ ਨੇ ਤਾਂ ਨਹੀਂ ਕੀਤੀ। ਲੇਕਿਨ ਪਿਛਲੇ 5 ਸਾਲਾਂ 'ਚੋਂ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਵੱਲੋਂ ਵੱਡੇ ਕਦਮ ਪੰਜਾਬ ਵਿੱਚ ਜਿਹੜੇ ਉਠਾਏ ਗਏ ਨੇ, ਜਿੱਥੇ ਸਭ ਤੋਂ ਵੱਡਾ ਫੂਡ ਪ੍ਰੋਸੈਸਿੰਗ ਦਾ ਜਿਹੜਾ ITC ਨੇ ਲਗਾਇਆ, ਜਿਹੜੇ ਸਾਡੀ ਸਰਕਾਰ ਦੇ ਵੇਲੇ ਸੁਖਬੀਰ ਜੀ ਨੇ ਅਤੇ ਬਾਦਲ ਸਾਹਿਬ ਨੇ ਸਾਰੀ ਮਨਜ਼ੂਰੀਆਂ ਦੇ ਕੇ ਉਹ ਕੰਮ ਸ਼ੁਰੂ ਕੀਤਾ ਸੀ। ਦੇਸ਼ ਦਾ ਸਭ ਤੋਂ ਵੱਡਾ ਪ੍ਰੋਜੈਕਟ ਵੀ ਪੰਜਾਬ 'ਚ ਲੱਗ ਕੇ ਕੈਪਟਨ ਸਾਹਿਬ ਉਹਦਾ ਉਦਘਾਟਨ ਕਰ ਰਹੇ ਨੇ, ਕਿਉਂਕਿ ਕੰਮ ਤਾਂ ਅਸੀਂ ਕੀਤਾ ਸੀ, ਅੱਡ ਗੱਲ ਹੈ ਕਿ ਉਦਘਾਟਨ ਉਹਦਾ ਕਰ ਰਹੇ। ਲੇਕਿਨ ਹਾਂ, ਉਹਨਾਂ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਫੂਡ ਪ੍ਰੋਸੈਸਿੰਗ 'ਚ ਪੰਜਾਬ ਨੇ ਬਹੁਤ ਕੰਮ ਕੀਤਾ ਹੈ। ਸੋ ਜਿਹੜੇ 41 ਪ੍ਰੋਜੈਕਟ ਮੇਰੇ ਮੰਤਰਾਲੇ ਵਿੱਚੋਂ ਦਿੱਤੇ ਗਏ ਨੇ ਪੰਜਾਬ ਨੂੰ, ਜਿਹਦੇ ਵਿੱਚ ਪੰਜਾਬ ਸਰਕਾਰ ਨੇ ਰੱਤੀ ਭਰ ਵੀ ਜੇ ਮਦਦ ਕੀਤੀ ਹੁੰਦੀ ਤਾਂ 41 ਨਹੀਂ, ਸ਼ਾਇਦ 441 ਹੁੰਦੇ। ਲੇਕਿਨ ਇਹਨੀ 41 ਪ੍ਰੋਜੈਕਟਾਂ ਦੇ ਰਾਹੀਂ ਜਿੱਥੇ 50,000 ਤੋਂ ਵੱਧ ਨੌਕਰੀਆਂ ਮਿਲਣਗੀਆਂ ਅਤੇ 1.5 ਲੱਖ ਤੋਂ ਵੱਧ ਕਿਸਾਨਾਂ ਨੂੰ ਭਲਾ ਹੋਊਗਾ। ਅੱਜ ਰਾਹੁਲ ਗਾਂਧੀ ਜੀ ਨੇ ਜਿੱਥੇ ਬਾਕੀ ਤਾਂ ਸਾਰੇ ਫਜ਼ੂਲ ਦੀ ਗੱਲਾਂ ਕੀਤੀਆਂ, 950 ਕਿਸਾਨ ਖੁਦਕੁਸ਼ੀ ਕਰ ਗਏ ਨੇ, ਨਾ ਉਹਦਾ ਜ਼ਿਕਰ ਕੀਤਾ ਕਿ ਜਿਹੜਾ ਝੂਠਾ ਲਾਰਾ ਲਾਇਆ ਸੀ ਹਰ ਕਿਸਾਨ ਦੀ ਖੁਦਕੁਸ਼ੀ ਕਰਨ ਵਾਸਤੇ, ਨਾ ਕਿਸੇ ਇੱਕ ਕਿਸਾਨ ਦੇ ਘਰ 'ਚ ਜਾ ਕੇ ਪਤਾ ਵੀ ਕੀਤਾ ਵੀ ਤੁਹਾਡਾ ਸਾਰਾ ਕਰਜ਼ਾ ਮੇਰੀ ਸਰਕਾਰ ਨੇ ਮਾਫ਼ ਕੀਤਾ ਹੈ ਕਿ ਨਹੀਂ। ਕਿ ਜਿਹੜਾ 10 ਲੱਖ ਤੁਹਾਨੂੰ ਕਹਿੰਦੇ ਸੀ ਕਿ ਖੁਦਕੁਸ਼ੀ ਦਾ ਕੰਪਨਸੇਸ਼ਨ ਦੇ ਮੁਆਵਜ਼ਾ ਮਿਲੂਗਾ ਅਤੇ ਇੱਕ ਸਰਕਾਰੀ ਨੌਕਰੀ ਮਿਲੂਗੀ, ਕਿ 950 ਕਿਸੇ ਇੱਕ ਨੂੰ ਮਿਲੀ ਵੀ ਹੈ ਕਿ ਨਹੀਂ, ਨਾ ਉਹ ਪਤਾ ਕੀਤਾ, ਨਾ 450 ਜਿਹੜੇ ਨਸ਼ੇ ਤੋਂ ਮਰੇ ਓਵਰਡੋਜ਼ ਤੋਂ, ਨਾ ਉਹਨਾਂ ਨੌਜਵਾਨਾਂ ਦੇ ਘਰ ਆ ਗਏ। ਸੋ ਜਿਹੜਾ ਕੰਮ ਕਰਨਾ ਸੀ ਉਹ ਤਾਂ ਕੀਤਾ ਨਹੀਂ, ਲੇਕਿਨ ਹਾਂ ਮਾੜੇ ਕੰਮਾਂ ਦੇ ਵਿੱਚ ਇੱਕ ਮੇਰੇ ਮੰਤਰਾਲੇ ਦੀ ਸ਼ਲਾਘਾ ਕਰ ਗਏ, ਜਿਹਦੇ ਵਾਸਤੇ ਮੈਂ ਉਹਨਾਂ ਦਾ ਸ਼ੁਕਰਾਨਾ ਕਰਦੀ ਹਾਂ। ਅਤੇ ਕਹਿੰਦੀ ਆ ਕਿ ਕੈਪਟਨ ਸਾਹਿਬ, ਹੁਣ ਤਾਂ ਰਾਹੁਲ ਗਾਂਧੀ ਨੇ ਵੀ ਕਹਿ ਤਾ ਫੂਡ ਪ੍ਰੋਸੈਸਿੰਗ ਦਾ ਬਹੁਤ ਚੰਗਾ ਕੰਮ ਪੰਜਾਬ 'ਚ, ਤਾਂ ਤੁਸੀਂ ਵੀ ਕਹਿ ਦਿਓ।